ਹੈਲੋ ਸਾਥੀਓ, ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ ਯੂਟਿਊਬ ਚੈਨਲ 'ਤੇ ਸਵਾਗਤ ਹੈ। ਸੋ ਅੱਜ ਦੀ ਇਹ ਵੀਡੀਓ ET 2364 ਭਰਤੀ ਨੂੰ ਲੈ ਕੇ ਨਵੀਂ ਅਪਡੇਟ ਬਾਰੇ ਆ। ਸੋ ਕੀ ਅਪਡੇਟ ਆ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਉਸ ਬਾਰੇ ਡਿਟੇਲ ਦੇ ਵਿੱਚ ਦੱਸਾਂਗੇ। ਤੁਸੀਂ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈੱਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ। ਸੋ ਦੇਖਦੇ ਹਾਂ ਕੀ ਅਪਡੇਟ ਹੈ। ਸੋ ਦਫ਼ਤਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਇੱਕ ਜੋ ਹੈ ਨੋਟਿਸ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ET 2364 ਭਰਤੀ ਲਈ ਜੋ ਉਮੀਦਵਾਰਾਂ ਵੱਲੋਂ DV ਕਰਵਾਈ ਜਾਣੀ ਹੈ ਉਹਨਾਂ ਦੀ ਚੈਕਿੰਗ ਲਈ ਜੋ ਹੈ ਡਿਊਟੀਜ਼ ਆ ਚੁੱਕੀਆਂ ਨੇ। ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਦੇ ਟੀਚਰਸ ਦਾ ਨਾਮ, ਉਹਨਾਂ ਦਾ ਅਹੁਦਾ ਕੀ ਹੈ, ਕਿਹੜੇ ਸਕੂਲ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ, ਔਰ ਕਿਹੜੀ ਡਿਸਟ੍ਰਿਕਟ ਹੈ ਉਹਨਾਂ ਦੀ। ਇਹ ਪੂਰਾ ਡਿਟੇਲ ਦੇ ਵਿੱਚ PDF ਆ ਚੁੱਕੀ ਹੈ। ਸੋ ਜੋ ਤੁਹਾਡੀ ET 2364 ਕੈਂਡੀਡੇਟ ਦੀ DV ਹੋਣੀ ਹੈ ਉਸ ਲਈ ਜੋ ਹੈ ਇਹ ਸਾਰੇ ਟੀਚਰ DV ਲਈ ਲਗਾਏ ਗਏ ਆ ਜੋ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਕਰਨਗੇ। ਸੋ 50 ਟੀਚਰਸ ਦੀ ਡਿਊਟੀ ਲੱਗੀ ਹੈ ਔਰ ਇਹਨਾਂ ਨੂੰ ਰਿਲੀਵ ਕਰਨ ਦੇ ਲਈ ਜੋ ਹੈ ਲੈਟਰ ਲਿਖੀ ਜਾ ਚੁੱਕੀ ਹੈ। ਸੋ ਇਹ ਤਾਂ ਟੀਚਰ ਜੋ ਹੈ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਲਈ ਡਿਊਟੀ 'ਤੇ ਲਗਾਏ ਗਏ ਨੇ। ਇਸ ਤੋਂ ਇਲਾਵਾ ਅਗਰ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ 'ਤੇ ਸਾਂਝੀ ਕੀਤੀ ਜਾਏਗੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈੱਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ। ਔਰ ਅਗਰ ਤੁਹਾਨੂੰ ਇਹ PDF ਚਾਹੀਦੀ ਹੈ ਤਾਂ ਟੈਲੀਗ੍ਰਾਮ ਗਰੁੱਪ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ, ਤੁਸੀਂ ਉਸ ਨੂੰ ਜੁਆਇਨ ਕਰਕੇ ਇਹ PDF ਲੈ ਸਕਦੇ ਹੋ। ਥੈਂਕ ਯੂ ਸੋ ਮੱਚ।